ਪੰਜਾਬ 'ਚ ਕੀ ਸੋਚ ਆ, 15,000 ਮਿਲਣ ਲੱਗ ਜਾਏ ਨਾ ਮਹੀਨੇ ਦਾ, 20,000 ਮਿਲਣ ਲੱਗ ਜਾਏ, ਉਹ ਇਹ ਮੁੰਡਾ ਮਹੀਨੇ 'ਤੇ ਬਹੁਤ ਵੱਡਾ ਕੰਮ ਕਰ। ਮੈਨੂੰ ਬਹਾਲ ਕੇ ਵਿੱਚ ਕਿੱਦਾਂ ਕਹਿਣਾ ਵੀ ਇਹ ਵੇਖ ਤੂੰ ਇਹਦੇ ਹੱਲ ਵੇਖਿਆ ਕਰ, ਇਹ 15,000 ਲੈਂਦਾ, 20,000 ਕਿਹੜੇ ਕੰਮ ਪਿਆ ਵਾ। ਸਤਿ ਸ਼੍ਰੀ ਅਕਾਲ ਜੀ, ਨਿਊਜ਼ਲਾਈਨ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਹਰ ਕੰਮ ਕਰਨ ਲਈ ਮਿਹਨਤ ਅਤੇ ਲਗਨ ਬਹੁਤ ਜ਼ਰੂਰੀ ਹੈ। ਇਹੋ ਜਿਹਾ ਹੀ ਇੱਕ ਸ਼ਖਸ ਹੈ ਗੁਰੂ ਰੰਧਾਵਾ, ਜਿਸਨੇ ਆਪਣੀ ਮਿਹਨਤ ਅਤੇ ਲਗਨ ਦੇ ਸਦਕਾ ਕਾਮਯਾਬ ਹੋ ਕੇ ਦਿਖਾਇਆ। ਜੋ ਲੋਕ ਸ਼ੁਰੂਆਤੀ ਦਿਨਾਂ ਵਿੱਚ ਉਹਨਾਂ ਨੂੰ ਸੁਣਾਉਂਦੇ ਸੀ ਕਿ ਤੂੰ ਕਾਮਯਾਬ ਨਹੀਂ ਹੋ ਸਕਦਾ, ਤੇਰੇ ਗਾਣੇ ਘੱਟ ਚੱਲਦੇ ਹਨ, ਦਲਜੀਤ ਦੇ ਗਾਣੇ ਜ਼ਿਆਦਾ ਚੱਲਦੇ ਹਨ, ਪੜ੍ਹ ਲਿਖ ਲੈ, ਇਸ ਕੰਮ ਵਿੱਚ ਕੁਛ ਨਹੀਂ ਪਿਆ। ਉਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਿਓ, ਇਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਪਹੁੰਚ ਸਕੇ। ਅਕਸਰ ਜਦੋਂ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਤਾਂ ਲੋਕ ਤਾਨੇ ਮਿਹਨੇ ਮਾਰਦੇ ਹਨ ਅਤੇ ਬਹੁਤ ਕੁਛ ਸੁਣਾਉਂਦੇ ਹਨ। ਇਹੋ ਜਿਹਾ ਹੀ ਕੁਛ ਹੋਇਆ ਹੈ ਗੁਰੂ ਰੰਧਾਵਾ ਨਾਲ। ਉਹਨਾਂ ਨੇ ਇੱਕ ਨਾਮੀ ਚੈਨਲ 'ਤੇ ਇੰਟਰਵਿਊ ਦਿੰਦੇ ਹੋਏ ਦੱਸਿਆ ਕਿ ਜਦੋਂ ਮੈਂ ਆਪਣੇ ਸਿੰਗਿੰਗ ਕਰੀਅਰ ਦੀ ਸਟਾਰਟਿੰਗ ਕੀਤੀ ਤਾਂ ਰਿਸ਼ਤੇਦਾਰ ਮੈਨੂੰ ਕਹਿੰਦੇ ਸੀ ਕਿ ਤੂੰ ਕਿਹੜੇ ਚੱਕਰਾਂ ਵਿੱਚ ਪਿਆ ਹੈ, ਗਾਉਣ ਵਜਾਉਣ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ, ਤੂੰ ਇਹ ਸਭ ਛੱਡ ਕੇ ਪੜ੍ਹ ਲਿਖ ਕੇ ਨੌਕਰੀ ਲੱਗ ਜਾਵੇਂਗਾ, ਤੇਰੀ ਜ਼ਿੰਦਗੀ ਸੁਧਰ ਜਾਊ। ਦਿਲਜੀਤ ਦਾ ਗਾਣਾ ਜ਼ਿਆਦਾ ਚੱਲਦਾ ਟੀਵੀ 'ਤੇ, ਤੇਰਾ ਘੱਟ ਚੱਲਦਾ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਉਹ ਭਾਈ ਮੈਂ ਕਿਹਾ 1998 ਤੋਂ ਲੱਗੇ ਨੇ, ਮੈਂ ਤਾਂ ਜੇ ਹੁਣੇ ਆਇਆ ਹਾਂ। ਫਿਰ ਜਦੋਂ ਖਿਲਾਰੇ ਦੇ ਪਏ ਨਾ ਪਟੋਲੇ ਵੇਲੇ, ਫਿਰ ਉਹ ਰਿਸ਼ਤੇਦਾਰ ਸਾਡੀਆਂ ਫਲਾਣੇ ਦੀਆਂ ਕੁੜੀਆਂ ਕਹਿੰਦੀਆਂ ਮਿਲਣਾ, ਕਹਿੰਦੇ ਮਿਲਣਾ, ਉਹ ਮੰਨਦੇ ਨੀ ਕੋਈ ਵੀ ਤੂੰ ਸਾਡੇ ਮੁੰਡਾ। ਤੇ ਮੈਂ ਕਿਹਾ ਨਹੀਂ, ਚੰਗੀ ਗੱਲ ਆ, ਨਹੀਂ ਮੰਨਦੇ ਤੂੰ ਇੱਕ ਟਾਈਮ ਤੇ ਕਹਿੰਦੇ ਹੈ ਨਾ। ਹੁਣ ਜਦੋਂ ਮੈਂ ਉਹਨਾਂ ਨੂੰ ਆਪਣਾ ਦੱਸਦਾ ਵਾਂ ਵੀ ਮੈਂ ਮੇਰੀ ਆਹ ਇਨਕਮ ਆ, ਜਾਂ ਮੈਂ ਇੱਥੇ ਮੇਰੀ ਇੰਨੀਆਂ ਸੇਵਿੰਗਸ ਨੇ, ਜਾਂ ਮੈਂ ਆਹ ਫਲਾਣੀ ਜਗ੍ਹਾ ਮੈਂ ਘਰ ਲੈਣ ਦਾ ਪਲੈਨ ਕਰ ਰਿਹਾ ਵਾਂ, ਜਾਂ ਮੈਂ ਆਹ ਗੱਡੀ ਹੁਣ ਲੈਣ ਲੱਗਾ ਵਾਂ, ਜਾਂ ਮੈਂ ਆਹ ਗੱਡੀ ਰੱਖੀ ਆ, ਉਹ ਤਾਂ ਉਹਨਾਂ ਨੂੰ ਪਤਾ ਨਹੀਂ ਕੀ ਸੋਚਦੇ ਹੋਣਗੇ ਵਿਚਾਰੇ। ਜਿਨ੍ਹਾਂ ਨੇ ਮੈਨੂੰ ਸਭ ਤੋਂ ਅਪੋਜ਼ ਕੀਤਾ ਨਾ, ਉਹਨਾਂ ਦੇ ਘਰ ਮੈਂ ਨਾ ਹੁਣ ਰੀਸੈਂਟਲੀ ਉਹ ਬੜੀ ਜ਼ਿੱਦ ਕਰ, ਮੈਂ ਨਹੀਂ ਜਾਂਦਾ, ਮੈਂ ਨਹੀਂ ਰਿਸ਼ਤੇਦਾਰਾਂ ਦੇ ਘਰ ਜਾਂਦਾ, ਮੈਂ ਆਪਣੇ ਘਰ ਜਦੋਂ ਪਿੰਡ ਜਾਂਦਾ ਮੈਂ ਆਪਣੇ ਘਰ ਆਰਾਮ ਨਾਲ ਬਹਿ ਕੇ ਆ ਜਾਂਦਾ। ਠੀਕ ਹੈ, ਮੈਂ ਗਿਆ ਉਹਨਾਂ ਦੇ ਘਰ ਅਤੇ ਬੜੀ ਜ਼ਿਆਦਾ ਨਾਲ ਉਹਨਾਂ ਬੁਲਾਇਆ। ਮੈਂ ਜਦੋਂ ਜਿਹੜਾ ਬੰਦਾ ਇੱਕ ਵਾਰੀ ਮਨ ਤੋਂ ਉਤਰ ਗਿਆ ਨਾ, ਫਿਰ ਭਾਵੇਂ ਉਹ ਕੋਈ ਕਰੋੜ ਦਾ ਕੰਮ ਹੈ ਜਾਂ ਰੁਪਈਏ ਦਾ ਕੰਮ ਆ, ਮੈਂ ਨਹੀਂ ਗੱਲ ਕੀਤੀ। ਮੈਂ ਜਦੋਂ ਗਿਆ ਅਤੇ ਉਹਨਾਂ ਦੇ ਗਵਾਂਢ ਤੋਂ ਦੋ ਬੱਚੇ ਮਿਲਣ ਆਏ, ਕੁੜੀ ਅਤੇ ਮੁੰਡਾ, ਅਤੇ ਮਿਲਣ ਆਏ ਅਤੇ ਉਹ ਨਾ ਕੰਬ ਰਹੇ ਸੀ ਮੈਨੂੰ ਦੇਖ ਕੇ। ਅੱਛਾ, ਮੇਰੀ ਭੂਈ ਆ, ਭੂਆ ਹੀ ਆ, ਕਹਿੰਦੇ ਕੰਬ ਘਰ ਨੇ। ਮੈਂ ਕਿਹਾ ਇਹਨਾਂ ਨੂੰ ਪੁੱਛੋ, ਉਹ ਕਹਿੰਦੇ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਵੀ ਤੁਸੀਂ ਇੱਥੇ ਹੋ, ਹੈ ਨਾ, ਵੀ ਤੁਸੀਂ ਇੱਦਾਂ ਦੇ ਇੱਦਾਂ। ਅਤੇ ਮੈਂ ਕਿਹਾ ਤੁਹਾਨੂੰ ਹੋ ਗਿਆ ਵਿਸ਼ਵਾਸ? ਮੈਂ ਕਿਹਾ ਤੁਸੀਂ ਸਭ ਤੋਂ ਵੱਧ ਤੁਸੀਂ ਆ ਕਰ ਚੁੱਕੀ, ਹੁਣ ਮੇਰੀ ਇੰਨੀ ਰਿਸਪੈਕਟ ਕਰਦੇ ਆ, ਉਹ ਇੰਨਾ ਮੈਨੂੰ ਕਰਦੇ ਆ, ਵੀ ਮੈਂ ਇਹੋ ਕਹਿੰਦਾ ਸਾਰਿਆਂ ਕਿ ਸੁਣੋ ਨਾ ਕਿਸੇ ਦੀ, ਕੰਮ ਤੁਹਾਡਾ ਹੋਏ ਇੱਦਾਂ ਦਾ ਕਿ ਲੋਕ ਆਪੇ ਹੀ ਤੁਹਾਨੂੰ ਇੱਕ ਦਿਨ ਹਾਰ ਮੰਨ ਲੈਣਾ ਆ ਕੇ ਕਿ ਬਈ ਤੂੰ ਠੀਕ ਹੈ, ਤੂੰ ਸਹੀ ਸੀ ਯਾਰ ਇੱਕ ਟਾਈਮ 'ਤੇ, ਆਪਾਂ ਹੀ ਗਲਤ ਸੀ, ਪਰ ਉਹਨਾਂ ਨੂੰ ਆਪਣਾ ਨਹੀਂ ਪਤਾ ਆਪ ਕੀ ਕਰਨ ਦੇ ਨੇ। ਆਈ ਥਿੰਕ ਜੇ ਹਰ ਬੰਦਾ ਆਪਣੇ ਆਪ ਨੂੰ ਸੁਧਾਰਨ 'ਤੇ ਲੱਗ ਜੇ ਅਤੇ ਹਰ ਕੋਈ ਖੁਸ਼ ਹੋਏਗਾ, ਕਿਸੇ ਨੇ ਕੁਛ ਬਣਨਾ, ਕਿਸੇ ਨੇ ਕੁਛ ਬਣਨਾ। ਤੁਸੀਂ ਹੁਣ ਜੇ ਤੁਸੀਂ ਹੁਣ ਡਾਕਟਰ ਬਣੇ ਹੋ ਤਾਂ ਉਹ ਵਿਚਾਰਾ ਨਹੀਂ ਬਣ ਸਕਦਾ, ਡਾਕਟਰ ਨਹੀਂ ਹੈ ਡਾਕਟਰ ਭਰਾ। ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ, ਨਹੀਂ ਵਧੀਆ ਲੱਗੀ ਤਾਂ ਇਸ ਨੂੰ ਡਿਸਲਾਈਕ ਕਰ ਦਿਓ, ਅਤੇ ਤੁਸੀਂ ਵੀ ਆਪਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀ ਕਦੇ ਕਿਸੇ ਦੇ ਤਾਨੇ ਮਿਹਨੇ ਸੁਣਨੇ ਪਏ ਹਨ ਜਾਂ ਨਹੀਂ। ਇਸ ਦੇ ਨਾਲ ਹੀ ਇਜਾਜ਼ਤ ਦਿਓ, ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।